ਇਸ ਸੈੱਟ ਤੁਹਾਡੇ ਲਈ ਖਾਸ ਤੌਰ ਤੇ ਤਿਆਰ ਕੀਤਾ ਗਿਆ ਜਿਸ ਤਰ੍ਹਾਂ ਹੀ ਤੁਹਾਨੂੰ ਦੱਸ ਰਿਹਾ ਤੁਹਾਡਾ ਫੈਸਲਾ 117 ਸੀਟਾਂ 117 ਸੀਟਾਂ ਦੇ ਲਈ ਚੋਣ ਹੋਈ 117 ਸੀਟਾਂ ਦੇ ਵਿੱਚ ਜਿਹੜੀ ਆ ਚੋਣ ਹੋਈ ਹੈ ਤੇ ਇਸ ਦੌਰਾਨ ਲੋਕਾਂ ਦੇ ਵੱਲੋਂ ਵੱਜ ਚੜ ਕੇ VOTING ਕੀਤੀ ਗਈ ਪਰ ਇਸ ਦੌਰਾਨ ਕੀ ਕੁਝ ਫੈਸਲਾ ਹੈ ਗ੍ਰੀਨ ਗ੍ਰੀਨ ਸੋ ਅਕਾਲੀ ਦਲ ਦੇ ਵੱਲੋਂ ਜੋ ਹਾਸਲ ਕੀਤੀ ਗਈ ਕੇਵਲ 4 ਸੀਟਾਂ ਉਤੇ ਹੀ ਅਕਾਲੀ ਦਲ ਸਿਮਟ ਗਿਆ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਦੀ ਜੋ ਹਨੇਰੀ ਚੱਲੀ ਹੈ ਆਮ ਆਦੀ ਪਾਰਟੀ ਨੇ ਵੱਡੀ ਜਿੱਤ ਸੂਬੇ ਦੇ ਵਿੱਚ ਹਾਸਲ ਕੀਤੀ ਹੈ ਗ੍ਰੀਨ ਯਾਨੀ ਕਿ ਗੋ ਵੀ ਤੁਸੀਂ ਕਹਿ ਸਕਦੇ ਹੋ ਜਿਸ ਤੋਂ ਬਾਅਦ ਇੱਕ ਹਰੀ ਝੰਡੀ ਆਮ ਆਦੀ ਪਾਰਟੀ ਨੂੰ ਮਿਲ ਚੁਕੀ ਹੈ ਸੂਬੇ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਤੀਸਰੇ ਪਾਸੇ ਕਾਂਗਰਸ ਕਾਂਗਰਸ ਦੇ ਵੱਲੋਂ ਜੋ ਹਾਸਲ ਕੀਤਾ ਗਿਆ ਹਾਲਾਂਕਿ ਕਾਂਗਰਸ ਦੇ ਵਿੱਚ ਤਾਂ ਵੀ ਸੀਗਾ ਕਿਆਸ ਰਹਾ ਹੈ ਤੇਸੀਆ ਕਿਤੇ ਘਟੋ ਘਟ ਪਿਛਲੀ ਵਾਰ ਜੇਕਰ ਗੱਲ ਕੀਤੀ ਜਾਵੇ ਤਾਂ 70 ਸੀਟਾਂ ਉਤੇ ਜਿੱਤ ਕਾਂਗਰਸ ਨੇ ਹਾਸਲ ਕੀਤੀ ਸੀ ਕਿਆਸ ਰਹੀਆਂ ਸੀਗਾ ਕਿ ਐਤ ਕੀ ਵਦ ਹਾਸਲ ਕਰ ਸਕਦੀ ਹੈ ਭਾਰਤ ਨਹੀਂ ਹੋਇਆ ਕਾਂਗਰਸ ਹਾਰ ਚੁਕੀ ਹੈ ਹਨੇਰੀ ਸੂਬੇ ਦੇ ਵਿੱਚ ਆਮ ਆਦੀ ਪਾਰਟੀ ਦੀ ਜੋ ਵੇਖਣ ਨੂੰ ਗਈ ਵੇਖਣ ਨੂੰ ਮਿਲੀ ਹੈ ਗ੍ਰਾਫਿਕਸ ਤੁਹਾਡੇ ਸਾਹਮਣੇ ਹੈ ਫੈਸਲਾ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਚਾਰ ਉਸ ਤੋਂ ਇਲਾਵਾ ਕਾਂਗਰਸ 18 ਆਮ ਆਦੀ ਪਾਰਟੀ 92 ਭਾਜਪਾ 2 ਸੁਖਤਿ ਸਮਾਜ ਮੋਰਚਾ ਜਿਨ੍ਹਾਂ ਦੇ ਵੱਲੋਂ ਬੜੀਆਂ ਗੱਲਾਂ ਕੀਤੀਆਂ ਗਈਆਂ ਸਨ ਸੁਖ ਸਮਾਜ ਮੋਰਚੇ ਦੇ ਵੱਲੋਂ ਆਖਿਆ ਗਿਆ ਸੀ ਆਪਾਂ ਖਾਸ ਤੌਰ ਤੇ ਕਿਸਾਨੀ ਦੇ ਮੁੱਦੇ ਉੱਤੇ ਲੜ ਰਹੇ ਹਾਂ ਪਰ ਇਸ ਦੌਰਾਨ ਵੀ ਜ਼ਰੂਰ ਸੰਘਰਸ਼ ਸੰਘਰਸ਼ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੇ ਜ਼ਰੂਰ ਸਾਥ ਦਿੱਤਾ ਪਰ ਇਸ ਦੌਰਾਨ ਜੋ ਚੋਣਾ ਹੋਈਆਂ ਨਤੀਜੇ ਸਾਫ਼ ਆ ਚੁਕੇ ਸੁਖ ਸਮਾਜ ਮੋਰਚੇ ਨੂੰ ਇੱਕ ਵੀ ਸੀਟ ਹਾਸਲ ਨਹੀਂ ਹੋਈ ਉਹ ਤੇ ਤੀਸਰੀ ਇੱਕ ਜ਼ਰੂਰ ਇੰਡੀਪੈਂਡੈਂਟ ਕੈਂਡੀਡੇਟ ਦੇ ਵੱਲੋਂ ਜੇਤ ਹਾਸਲ ਕੀਤੀ ਗਈ ਪਰ ਸੂਬੇ ਦੇ ਵਿੱਚ ਜਿਹੜੀ ਹਨੇਰੀ ਐਤ ਕੀ ਜੋ ਆਮ ਆਦਮੀ ਪਾਰਟੀ ਦੀ ਦੇਖਣ ਨੂੰ ਮਿਲੀ ਐ ਤੇ ਉਸ ਤੋਂ ਬਾਅਦ ਜੋ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਸਨ ਉਹਨਾਂ ਦੇ ਵੱਲੋਂ ਜੋ ਖੁਸ਼ੀ ਖੁਸ਼ੀ ਜ਼ਾਹਰ ਕੀਤੀ ਗਈ ਸੀ ਤੇ ਸਭ ਪਨਾ ਚੱਲ ਰਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਵੀ ਕਿਸ ਢੰਗ ਨਾਲ ਖੁਸ਼ ਹਨ ਸਭ ਤੋਂ ਵੱਡਾ ਗਰਾਫ ਕਿਸ ਦਾ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਗਰਾਫ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਆਮ ਆਦਮੀ ਪਾਰਟੀ ਕਿਸ ਹੱਦ ਤੱਕ ਆਪਣਾ ਸਕਾਈਸਕ੍ਰੈਪਰ ਬਣਾ ਚੁੱਕੀ ਹੈ ਸਭ ਤੋਂ ਉੱਚੀ ਇਮਾਰਤ ਆਮ ਆਦਮੀ ਪਾਰਟੀ ਨੇ ਆਪਣੀ ਬਣਾ ਲੀਤੀ ਹੈ ਤੇ ਬਾਕੀ ਸਭ ਖਾਸ ਤੌਰ ਤੇ ਰਵਾਇਤੀ ਪਾਰਟੀਆਂ ਜਿਨ੍ਹਾਂ ਦੇ ਵੱਲੋਂ ਕਈ ਵੱਡੇ ਦਾਅਵੇ ਕੀਤੇ ਗਏ ਸਨ ਕਈ ਵੱਡੀਆਂ ਗੱਲਾਂ ਕੀਤੀਆਂ ਗਿਆ ਸਨ ਹਰ ਹਾਲਾਂਕਿ ਇਸ ਦੌਰਾਨ ਰੈਲੀਆਂ ਦੇ ਵਿੱਚ ਵੀ ਬੜੇ ਵੱਡੇ ਇਕੱਠ ਦੇਖਣ ਨੂੰ ਮਿਲੇ ਸਨ ਪਰ ਇਹ ਸਾਰੀਆਂ ਰਵਾਇਤੀ ਪਾਰਟੀਆਂ ਦੀਆਂ ਝੌਂਪੜੀਆਂ ਹੀ ਖਾਸ ਤੌਰ ਤੇ ਦੇਖਣ ਨੂੰ ਮਿਲ ਰਹੀਆਂ ਨੇ